बाबा शेख फरीद गद्दी नशीन महंत नंदरपाल जी अपने साथियों समेत पहुंचे ने उन्होंने स्टेज कहते जी आखती है और निघा स्वागत करती है। तो मैं नरेंद्र मावे जी मुलाकात कहे तुम्हारी कोटिया मुने रे जय छोड़ दो।
हुसन कुआरे दी सोना सहेली खाइए साडे पूजनी टिल्ला बाबा शेख फरीद महंत साहबान नरेंद्र पाल जी जिन्हां ने नरेंद्र मावी जी नूं अपने दरबार वालों सरोपा बख्शिश कीता जी। चलो नवी टेप दे विचों एक सभ्याचार गल कर जा रहे हैं। हाँ नवी नवी चीज का हरेक नूं चाह हुंदा जिस वेले एक घर दे विच दिओर दा विआह हुंदा ते भरजाई नूं भी बड़ा चाह हुंदा दिओरा वे तेरे मंगणे दा मैनूं अपने विआह तों वध चाह। तुसीं इह गीत तुसीं दूरदर्शन ते देख चुके हो टेप दिल दा चोर विचों। चलो भी पेश करान जा रहे दिओरा वे तेरे मंगणे दा मैनू अपने ब्याह तो वध चाह। लो गायक नरेंद्र मावी जी।
ਹਾਲ ਲਾ ਜੀ ਆਈ ਹੋਈ ਕੈਸਟ ਦੇ ਵਿੱਚੋਂ ਗੀ ਜੇ ਮਿਲਣਾ ਨਹੀਂ ਆ ਕੇ ਵੇ ਪਿਆਰ ਝੂਠਾ ਪਾ ਕੇ ਕੀ ਮੈਂ ਫੂਕਣੀ ਏ ਚੰਦਰੀ ਨਿਸ਼ਾਨੀ ਜਿਵੇਂ ਤੂੰ ਸਾਡਾ ਦਿਲ ਤੋੜਿਆ ਕੋ ਮੈਂ ਤੋੜਤੀ ਮੈਂ ਰਾਤੀ ਤੇਰੀ ਗੱਲ ਲਾ ਜੀ ਕਹਿਣ ਜਾ ਰਹੇ ਉਮੀਦ ਕਰਦੇ ਤੁਹਾਨੂੰ ਪਸੰਦ ਆਏਗਾ ਜੇ ਮਿਲਣਾ ਨਹੀਂ ਆ ਕੇ ਵੇ ਪਿਆਰ ਝੂਠਾ ਪਾ ਕੇ बहुत प्यारा बच्चा अपनी मम्मी पापा की गोद का श्रृंगार मेरा बहुत सारा मान करके गया मैं तहे दिल से शुक्रगुजार हूं थैंक यू वेरी मच मार मार के राती अखियां जो सुखदा
जिस दे नाल आई हुई टी सीरीज कंपनी वालों कैसेट दिल दा चोर दिल दा चोर दिल दा चोर ओही टाइटल सॉन्ग कहण जा रहे हैं। उम्मीद करते हैं थानू पसंद आएगा। मैं मोहम्मद सदीक और दीबा रणजीत कौर के साथियों को बेनती करा कि स्टेज के लागे आ जाए अपने साजो समान लेके जी। रणजीत कौर जी पहुंच चुके ने उन्हां दी आउण दी खुशी विच जोरदार ताड़ियां दे नाल उन्हां दा स्वागत करो। थैंक यू। हो गया मैनू चुप सी पसंद एक ही हो गया चंगा होने लागे
ਹੁੰਦਾ ਜਿਸ ਦੇ ਨਾਲ ਨੱਚਣਾ ਮੈਂ ਘੁੰਡ ਕੱਢ ਕੇ ਬਣ ਮੋਰ ਨਹੀਂ ਆਈ ਹੋਈ ਕੈਸਟ ਦਾ ਰਿਕਾਰਡ ਗੀਤ ਕਹਿਣ ਜਾ ਰਿਹਾ ਉਮੀਦ ਕਰਦੇ ਤੁਹਾਨੂੰ ਪਸੰਦ ਆਏਗਾ ਲਓ ਜੀ ਇੱਕ ਸਥਾਈ ਅੰਤਰਾ ਉਸ ਤੋਂ ਬਾਅਦ ਸਾਡੇ ਰਿਸਪੈਕਟਡ ਮੁਹੰਮਦ ਸਦੀਕ ਸਾਡੇ ਵੱਡੇ ਪਾਜੀ ਤੇ ਸਾਡੇ ਦੀਦੀ ਰਣਜੀਤ ਕੌਰ ਜੀ ਸਾਡੇ ਸਵਰਗਵਾਸੀ ਬੱਗਾ ਜੀ ਜੇ ਕੋ ਸਾਡੇ ਵਿਛੜ ਚੁੱਕੇ ਨੇ ਸਾਡੇ ਵਿੱਚੋਂ ਉਹਨਾਂ ਦੇ ਡੈਡੀ ਜੀ 50 ਰੁਪਏ ਦੇ ਲੰਗਰ ਦੇ ਵਿੱਚ ਹਿੱਸਾ ਪਾ ਗਏ ਨੇ ਸਾਡੇ ਮਨੋਜ ਜਨੇਜਾ ਜੀ ਆਪਣੇ ਲੜਕੇ ਦੀ ਯਾਦ ਨੂੰ ਤਾਜ਼ਾ ਕਰਦੇ ਹੋਏ ਜਿਹੜੇ ਸਾਡੇ ਕੋਲੋਂ ਵਿਛੜ ਗਏ ਨੇ ਲੰਗਰ 'ਚ ਹਿੱਸਾ ਪਾ ਦਿਓ 50 ਰੁਪਏ ਤੇ ਲਾਸਟ ਗੀਤ ਉਹ ਤੋਂ ਬਾਅਦ ਮੈਂ ਬੇਨਤੀ ਕਰਾਂਗਾ ਨਿੰਦਰਪਾਲ ਜੀ ਨੂੰ ਬਾਬਾ ਜੀ ਨੂੰ ਨਰਿੰਦਰ ਮਾਵੀ ਜੀ ਦਾ ਸਨਮਾਨ ਆ ਕੇ ਕਰਨ ਲਾਸਟ ਗੀਤ ਨੱਚਣਾ ਮੈਂ ਘੁੰਡ ਕੱਢ ਕੇ ਉਹ ਤੋਂ ਬਾਅਦ ਉਸਤਾਦ ਲੋਕ ਮੁਹੰਮਦ ਸਦੀਕ ਜੀ ਦੀਪਾ ਰਣਜੀਤ ਕੌਰ ਜੀ ਸਟੇਜ ਤੇ ਹਾਜ਼ਰੀ ਲਵਾਉਣਗੇ ਕਰਦਾ ਜਦੋਂ ਮੈਂ ਬੋਲਦਾ ਹੁੰਦਾ ਇਹ ਰਹਿਸਲ ਘਰ ਕਰਿਆ ਕਰੋ ਸਟੇਜ ਸੈਕਸ਼ਨ ਨੂੰ ਤੁਸੀਂ ਬੰਦਾ ਹੀ ਨਹੀਂ ਸਮਝਦੇ ਆਪਣੀ ਤੁਸੀਂ ਸਾਜਾ ਸੋਜੀ ਚੰਗਾ ਟਾਂਕ ਟੂਕ ਕੀਤੀ ਉਹ ਭਰਾਵੋ ਮੈਨੂੰ ਵੀ ਬੋਲ ਲੈਂਦਿਆ ਕਰੋ ਮੇਰਾ ਗਲਾ ਇਸੇ ਕਰਕੇ ਬੈਠ ਜਾਂਦਾ ਹਾਂ ਜਦੋਂ ਮੈਂ ਬੋਲਦਾ ਹੁੰਦਾ ਬਿਲਕੁਲ ਸਾਜ ਇਹਨੂੰ ਸੌਣ ਦਿਆ ਕਰੋ ਸਾਜਾਂ ਨੂੰ ਉਹਨਾਂ ਚਿਰ ਜਦੋਂ ਮੈਂ ਬੋਲਦਾ ਹੁੰਦਾ ਜਦੋਂ ਕਲਾਕਾਰ ਗਾਉਂਦੇ ਹੁੰਦੇ ਫਿਰ ਜਗਾ ਲਿਆ ਕਰੋ ਜ਼ੋਰਦਾਰ ਤਾੜੀਆਂ ਮਾਰੋ ਨਰਿੰਦਰ ਮਾਵੀ ਜੀ ਦਾ ਸਨਮਾਨ ਕਿ ਬਾਬਾ ਜੀ ਨੇ ਮੈਨੂੰ ਹੁਕਮ ਲਾਇਆ ਨਰਿੰਦਰਪਾਲ ਜੀ ਨੇ ਕਹਿੰਦੇ ਵੀ ਮੈਂ ਚਲੇ ਜਾਣਾ ਮੈਂ ਕਿਹਾ ਜਿੰਨਾ ਚਿਰ ਸਾਡੇ ਉਸਤਾਦ ਲੋਕ ਨੇ ਦੋ ਗੀਤ ਗਾਉਂਦੇ ਉਹਨਾਂ ਚਿਰ ਜਾਣਾ ਨਹੀਂ ਜੀ ਕੋਈ ਗੱਲ ਨਹੀਂ ਤੁਸੀਂ ਪੁਲਿਸ ਵਾਲੇ ਆਓ ਜੀ ਜਿੱਥੇ ਮਰਜ਼ੀ ਜਾ ਕੇ ਨਾਕਾ ਲਾ ਲਿਓ ਪਰ ਹਲੇ ਠਹਿਰ ਕੇ ਬਾਬਾ ਜੀ ਸਾਡੇ ਪਾਸ ਸਾਡੇ ਸੀਨੀਅਰ ਆਰਟਿਸਟ ਆਏ ਨੇ ਸਾਡੇ ਉਸਤਾਦਾਂ ਸਮਾਨ ਇਹਨਾਂ ਨੂੰ ਜ਼ਰੂਰ ਸੁਣ ਕੇ ਜਾਣਾ ਚਾਹੇ ਦੋ ਗੀਤੇ ਸੁਣਨਾ ਤੇ ਲਾਸਟ ਗੀਤ ਨੱਚਣਾ ਮੈਂ ਘੁੰਡ ਕੱਢ ਕੇ ਬਣ ਮੋਰ ਨਹੀਂ ਨਰਿੰਦਰ ਮਾਵੀ ਜੀ ਠੀਕ ਹੈ ਨਾ ਹੁਣ ਇਦਾਂ ਨਹੀਂ ਕਰਨੀ ਜਿੱਦਾਂ ਅੱਜ ਕੀਤੀ ਅਸੀਂ ਵੈਸੇ ਪਿਛਲੇ ਦਿਨ ਕੈਨੇਡਾ ਸ਼ੋਅ ਲਾਇਆ ਸੀ ਸਾਡੇ ਦੀਦੀ ਰਣਜੀਤ ਕੌਰ ਜੀ ਸਾਡੇ ਵੱਡੇ ਭਾਈ ਜੀ ਰਿਸਪੈਕਟਡ ਮੁਹੰਮਦ ਸਦੀਕ ਜੀ ਨੇ ਪਰ ਇਹਨਾਂ ਨੂੰ ਇਹ ਖੁਸ਼ੀ ਵੀ ਹੋਈ ਹੈ ਤੇ ਭੁਲੇਖਾ ਜਿਹਾ ਵੀ ਪਿਆ ਵੀ ਮਾਂ ਵੀ ਸਾਡੇ ਤੋਂ ਪਹਿਲਾਂ ਕਿਸ ਤਰ੍ਹਾਂ ਆ ਗਈ ਚਲੋ ਕੋਈ ਗੱਲ ਨਹੀਂ ਲਓ ਜੀ ਨੱਚਣਾ ਮੈਂ ਘੁੰਡ ਕੱਢ ਕੇ ਬਣ ਮੋਰ ਨਹੀਂ ਆਈ ਹੋਈ ਕੈਸਟ ਦਾ ਟਾਈਟਲ ਸੌਂਗ ਕਹਿਣ ਜਾ ਰਹੇ ਹਾਂ ਉਮੀਦ ਕਰਦੇ ਤੁਹਾਨੂੰ ਪਸੰਦ ਆਏਗਾ
रचना रचना